ਕਰਾਸ ਗਿੰਨੀ ਕੀ ਆ ਮਿਲਨੀ 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 ਕਰਾਸ ਨਮਸਤੇ ਤੇਰੀ ਕੋੜੀ ਦਾ ਨਾਮ ਕੀ ਹੈ ਅਸੀਂ ਚੱਲੇ ਆ ਅੱਜ ਵਿਆਹ ਤੇ ਸਾਰੇ ਰੈਡੀ ਆਂਟੀ ਜੀ ਰੈਡੀ ਅੰਕਲ ਜੀ ਕੋਟ ਪੈਂਟ ਚੱਕ ਲਿਆ ਅੰਕਲ ਜੀ ਅੱਛਾ ਬੈਗ ਚ ਪਾ ਲਿਆ ਤੇ ਲਗੇਜ ਪੈਕ ਕਰ ਲਿਆ ਸੀ ਦੋ ਦਿਨ ਵਿਆਹ ਤੇ ਰਹਿਣਾ ਸੋ ਇਹ ਆ ਜੀ ਮੇਰਾ ਆਊਟਫਿਟ ਆਪਾਂ ਵੀ ਹੋ ਗਏ ਰੈਡੀ ਆਂਟੀ ਜੀ ਨੇ ਚੱਕ ਲਿਆ ਵੀਰੇ ਨਵਾਂ ਬੈਗ ਸੋਹਣਾ ਲੱਗ ਰਿਹਾ ਆਂਟੀ ਜੀ ਫੋਟੋ ਕਰਦੇ ਆਂਟੀ ਜੀ ਦੀ ਪਹੁੰਚ ਗਏ ਆਪਾਂ ਰੂਮ ਦੇ ਵਿੱਚ ਇਹ ਆ ਜੀ ਸਾਡਾ ਰੂਮ ਗਿਨੂ ਨੇ ਝਾਂਜਰਾਂ ਪਾ ਰੱਖੀਆਂ ਸੀ ਛਣ ਛਣ ਵਾਲੀ ਕਰ ਰਹੀਆਂ ਝਾਂਜਰਾਂ ਲਾ ਦਿੰਦੀ ਆ ਫਿਰ ਦਾ ਬਰਾਤੀ ਦਾ ਪਹਿਲਾਂ ਬਰਾਤੀ ਹੋਣੀ ਚਾਹ ਪੀਣ ਗਏ ਥੋੜੇ ਲੇਟ ਹੋਏ ਨਹੀਂ ਤਾਂ ਬ੍ਰੇਕਫਾਸਟ ਵੀ ਕਰਦੇ ਲਓ ਜੀ ਬਰਾਤ ਟਾਈਮ ਬਰਾਤ ਆ ਰਹੀ ਹੈ ਦੇਖ ਸਕਦੇ ਹੋ ਦੁਲੇ ਨਾਲ ਸਾਰੇ ਬਰਾਤੀ ਬਸ ਗਿੰਨੀ ਕੀ ਮਿਲਨੀ 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 ਬਿਨਾਂ ਗੁੱਠੀ ਦੇ ਨੀ ਮੈਂ ਨਾਲ ਡੱਬਾ ਮੇਰਾ ਭੰਗੜਾ ਹੀ ਬੜਾ ਘੈਂਟ ਬਣੇ ਤੁਸੀਂ ਤਾਂ ਕਹਿੰਦੇ ਜੋ ਸ਼ਾਮ ਵਾਲਾ ਦੇਖਿਓ ਸਵੇਰ ਵਾਲਾ ਹੀ ਹੈ ਪ੍ਰਿਜ਼ਮ ਸਿਨੇਮਾ ਮਿਠਾਈਆਂ ਆ ਚੁੱਕੀਆਂ ਨੇ ਕਿਹੜੀ ਖਾਈਏ ਕਿਹੜੀ ਮਰਜ਼ੀ ਖਾ ਲਓ ਬਟ ਪੈਕੇਜਿੰਗ ਬੜੀ ਸੋਹਣੀ ਆ ਬਹੁਤ ਜ਼ਿਆਦਾ ਸੋਹਣੀ ਆ ਰਾਈਟ ਬਾਕਸਸ ਨਾਲ ਹੈ ਨਾ ਸਾਰੇ ਸੋ ਗਾਈਜ਼ ਅੱਜ ਅਸੀਂ ਆਏ ਸੀ ਮਰਕਿਊਰੀ ਹੋਟਲ ਬੈਲੋਰੈਟ ਦੇ ਵਿੱਚ ਜਿੱਥੇ ਕਿ ਵੈਡਿੰਗ ਈਵੈਂਟ ਚੱਲ ਰਿਹਾ ਆ ਸੋ ਬੇਸਿਕਲੀ ਅੱਜ ਅਸੀਂ ਸ਼ੂਟ ਕਰ ਰਹੇ ਹਾਂ ਕਿ ਇੱਥੇ ਅਗਰ ਤੁਸੀਂ ਡੈਸਟੀਨੇਸ਼ਨ ਵੈਡਿੰਗ ਕਰਨਾ ਚਾਹੁੰਦੇ ਹੋ ਤਾਂ ਬਹੁਤ ਸੋਹਣੀ ਪਲੇਸ ਆ ਡਿਫਰੈਂਟ ਡਿਫਰੈਂਟ ਸੈਟਅਪਸ ਲਾਏ ਹੋਏ ਨੇ ਬਹੁਤ ਜ਼ਿਆਦਾ ਸਪੇਸ਼ੀਅਸ ਆ ਇਹ ਪਲੇਸ ਅਤੇ ਤੁਸੀਂ ਬਹੁਤ ਜ਼ਿਆਦਾ ਵਧੀਆ ਸੋਹਣੀ ਵੈਡਿੰਗ ਕਰ ਸਕਦੇ ਹੋ ਇੱਥੇ
ਤੇ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ, ਸਾਰੇ ਸੈਟਅਪਸ ਜਿਹਾ ਸਾਰੇ ਕੁਝ ਤੁਹਾਨੂੰ ਸ਼ੋਅ ਕਰਾਂਗੇ। ਆ ਜਾਓ ਹੁਣ, ਪਹਿਲਾਂ ਆਪਾਂ ਇਹ ਅਟੈਕ ਕਰਾਂਗੇ ਖਾਣੇ ਤੇ। ਲਓ ਜੀ ਹੁਣ ਆ ਗਿਆ ਆਪਾਂ ਲੰਚ, ਇਟਸ ਅ ਲੰਚ ਟਾਈਮ। ਬ੍ਰੇਕਫਾਸਟ ਤਾਂ ਅਸੀਂ ਮਿਸ ਕਰਤਾ, ਬਟ ਲੰਚ ਨਹੀਂ ਮਿਸ ਕਰਾਂਗੇ। ਲੰਚ ਅਸੀਂ ਸਭ ਤੋਂ ਪਹਿਲਾਂ ਆ ਗਏ ਹਾਂ, ਹਾਂ ਮਿਸ ਨਹੀਂ ਕਰਨਾ। ਕੀ ਕਿਹਾ ਤੁਸੀਂ? ਇੰਦਰ ਨੂੰ ਨਾ ਬੁਲਾਓ, ਇੰਦਰ ਨੂੰ ਪਨੀਰ ਪਕੌੜੇ ਮਿਲ ਗਏ ਬੱਬੇ ਸਿਰ। ਉਹ ਪਨੀਰ ਪਕੌੜੇ ਅੱਗੇ ਤਾਂ ਕੁਝ ਨਹੀਂ ਦਿਖਦਾ ਇੰਦਰ ਨੂੰ। ਕੋਈ ਨਾ, ਉਹ ਖੁੱਲ੍ਹਾ ਹੀ ਰਹਿਣ ਦੋ ਯਾਰ, ਇਹਨਾਂ ਦਾ ਫੂਡ ਬੜਾ ਯੰਮੀ ਆ, ਹੁਣੇ ਖਾਧੇ ਪਕੌੜੇ। ਜਿਵੇਂ ਇੰਡੀਆ ਦਾ ਵਿਆਹ ਦਾ ਮਾਹੌਲ ਆ, ਉਵੇਂ ਆ ਪੂਰਾ, ਪਨੀਰ ਦੇ ਪਕੌੜੇ ਆ ਸਾਰਾ ਕੁਝ। ਜਿਹੜਾ ਪਿੱਛੇ ਦੇਖ ਰਹੇ ਹੋ ਕਾਕਟੇਲ ਦਾ ਸੈਟਅਪ ਲੱਗਿਆ ਆ, ਬਹੁਤ ਸੋਹਣਾ। ਸੋ ਹੁਣ ਹੋ ਰਿਹਾ ਹਲਦੀ ਦਾ ਸ਼ੂਟ, ਐਂਡ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸੈਟਅਪ ਆ, ਪੂਰੀ ਵਾਈਬ ਆ ਰਹੀ ਹੈ ਨਾ, ਆਊਟਡੋਰ ਹਲਦੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ। ਲਓ ਜੀ ਹੁਣ ਆਪਾਂ ਪਹੁੰਚ ਗਏ ਹਾਂ ਜਾਗੋ ਸੰਗੀਤ ਤੇ ਮਹਿੰਦੀ ਦੇ ਸੈਟਅਪ ਤੇ। ਜਾਗੋ ਜਾਗੋ ਹੋਈ ਪਈ ਹੈ, ਆਪਾਂ ਵੀ ਸ਼ਾਮਲ ਹੋ ਗਏ ਜਾਗੋ 'ਚ, ਬਹਿ ਗਏ। ਹੋਰ ਕਿਸੇ ਤੁਹਾਡੇ ਗੈਸਟ ਆਏ ਹੋਏ ਆ? ਤੁਹਾਨੂੰ ਵਧਾਈਆਂ ਜੀ, ਤੋਂ ਵਿਆਹ ਤੁਹਾਡਾ ਹੈ। ਭੈਣ ਹੁਣੀ ਤਾਂ ਲਹਿੰਗੇ ਲੁੰਗੇ ਪੈ ਕੇ ਆ ਗਏ ਹੈ, ਕਿੱਥੇ ਰਹਿ ਗਏ ਜੀ ਬਰਾਤੀ? ਸੰਦਾ ਧੂਣੀ ਤੋਂ ਵੇਲ ਨਹੀਂ ਮਿਲ ਰਹੀ। ਪ੍ਰੋਪਰਟੀ ਨਾ ਬਹੁਤ ਜ਼ਿਆਦਾ ਵੱਡੀ ਆ, ਇੱਥੇ ਬਹੁਤ ਸਾਰੇ ਰੂਮਸ ਨੇ, 7 acres ਦੇ ਵਿੱਚ ਪ੍ਰੋਪਰਟੀ ਬਣੀ ਹੋਈ ਆ। ਖੁੱਲ੍ਹੇ ਡੁੱਲੇ ਤੁਸੀਂ ਆਪਣੇ ਫੰਕਸ਼ਨ ਉਰੇ ਕਰ ਸਕਦੇ ਹੋ, ਸਪਾ ਲੈਣਾ ਤੁਸੀਂ ਸਪਾ ਲਈ ਆ ਸਕਦੇ ਹੋ, ਅਤੇ ਜਿਮ ਜਾਣਾ ਉੱਥੇ ਜਾ ਸਕਦੇ ਹੋ, ਪੂਲ ਵੀ ਹੈਗਾ ਉਰੇ, ਸਭ ਕੁਛ ਆ, ਬੜਾ ਪੀਸਫੁਲ ਆ, ਕੁਆਇਟ ਪੀਸਫੁਲ। ਲਓ ਜੀ ਗਾਇਸ ਹੁਣ ਆਪਾਂ ਰੈਡੀ ਹੋ ਗਏ ਰਿਸੈਪਸ਼ਨ ਲਈ, ਅਤੇ ਮੈਂ ਸਾੜੀ ਪਾਈ ਆ, ਪਹਿਲੀ ਵਾਰ ਆਪਣੇ ਆਪ ਪਾਈ ਆ, ਤੇ ਬਹੁਤ ਸੋਹਣੀ ਲੱਗ ਰਹੀ ਆ, ਸੋਹਣੀ ਲੱਗ ਰਹੀ ਆ ਹਨਾ, ਨਹੀਂ ਤਾਂ ਮੈਂ ਸ਼ੂਟਸ ਵਗੈਰਾ ਤੇ ਪਾਈ ਆ ਜ਼ਿਆਦਾ। ਇਹ ਮੈਂ ਆਪਣੇ ਆਪ ਹੀ ਬਣਵਾਈ ਸੀ, ਫੈਬਰਿਕ ਲੈ ਕੇ ਆ, ਲੇਸ ਵਗੈਰਾ ਸਾਰਾ ਕੁਝ। ਨਹੀਂ ਬਹੁਤ ਸੋਹਣੀ ਲੱਗ ਰਹੀ ਆ। ਨਮਸਤੇ, ਆਈਏ ਜੀ, ਆਈਏ ਜੀ, ਆਈਏ, ਮੋਸਟ ਵੈਲਕਮ। ਥੈਂਕ ਯੂ, ਕਿਵੇਂ ਰਹੇ? ਬਹੁਤ ਵਧੀਆ, ਬਹੁਤ ਵਧੀਆ। ਬਰਾਤੀ ਰੈਡੀ ਨੇ? ਬਰਾਤੀ ਇੱਕ ਬਰਾਤੀ ਦਾ ਸੁੱਤਾ ਪਿਆ, ਅੰਕਲ ਜੀ ਦਾ ਪਰ ਰੈਡੀ ਨੇ, ਕੋਟ ਪੈਂਟ ਪਾ ਕੇ ਰੈਡੀ ਆ ਜੀ, ਰੈਡੀ ਰੈਡੀ ਆ ਜੀ, ਚੱਲੀਏ ਚੱਲੀਏ ਚੱਲੀਏ। ਅੰਕਲ ਜੀ ਦੇ ਫੁੱਲ ਵਾਲੀ ਟਾਈ ਦਾ ਭੈਣ ਹੋ ਗਿਆ ਵੀਰਾ, ਰਿਸੈਪਸ਼ਨ ਚੱਲ ਰਹੀ ਆ, ਰਿਸੈਪਸ਼ਨ ਪਾਰਟੀ ਵਗੈਰਾ ਦਾ ਸ਼ੂਟ ਚੱਲ ਰਿਹਾ ਸਾਰਿਆਂ ਦਾ, ਲਾਸਟ ਫੰਕਸ਼ਨ ਆ ਇਹ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਹਾਂ ਖਾਣਾ ਖਾਣ, ਸਭ ਤੋਂ ਪਹਿਲਾਂ ਅਟੈਕ ਅਸੀਂ ਉਹ ਕਰ ਦਿੰਦੇ ਹਾਂ। ਯਮੀ ਆ ਆਂਟੀ ਜੀ, ਯਮੀ ਯਮੀ ਯਮੀ। ਓਕੇ ਗਾਈਜ਼, ਹੁਣ ਟਾਈਮ ਆ ਚੈੱਕਆਊਟ ਕਰਨ ਦਾ, ਬਹੁਤ ਵਧੀਆ ਸਟੇ ਰਿਹਾ ਸਾਡਾ ਇੱਥੇ, ਇੰਨਾ ਜ਼ਿਆਦਾ ਕੰਫਰਟੇਬਲ ਰੂਮਸ ਨੇ ਇਹਨਾਂ ਦੇ ਹੈ ਨਾ, ਅਤੇ ਇੰਨਾ ਜ਼ਿਆਦਾ ਵਧੀਆ ਸਾਰੇ ਫੰਕਸ਼ਨ ਸਾਡੇ ਰਹੇ, ਅਤੇ ਰਿਸੈਪਸ਼ਨ ਹਾਲ ਵੀ ਬਹੁਤ ਸੋਹਣਾ ਸੀਗਾ, ਅਪ ਟੂ 700 ਪੀਪਲ ਦੀ ਗੈਦਰਿੰਗ ਤੁਸੀਂ ਕਰ ਸਕਦੇ ਹੋ ਉਰੇ। ਅਗਰ ਤੁਸੀਂ ਕੋਈ ਵੈਡਿੰਗ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਹਾਈਲੀ ਰੈਕਮੈਂਡ ਮਰਕਿਊਰ ਹੋਟਲਸ, ਜੋ ਕਿ ਬੈਰੋਰਟ ਦੇ ਵਿੱਚ ਆ, ਸੋ ਜ਼ਰੂਰ ਚੈੱਕਆਊਟ ਕਰਿਓ। ਬਰਾਤੀ ਪਹੁੰਚ ਕੇ ਘਰੇ, ਬਰਾਤੀ ਆ ਗਏ, ਕੋਟ ਪੈਂਟ ਚੱਕੀ ਜਾਂਦੇ ਆ, ਸਵੇਰ ਦੇ
ਵੱਜ ਗਏ ਜੀ, ਪੰਜ ਸੰਗਤਾਂ ਹੁੰਮ ਹੁਮਾ ਕੇ ਜਾ ਰਹੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ। ਇੱਥੇ ਕਾਂਡੀ ਵਾਲੇ, ਹੋਰ ਪਾਲਕੀ ਵਾਲੇ, ਘੋੜੇ ਵਾਲੇ, ਫੁੱਲ 'ਚ ਚਾਹ ਦਾ ਲੰਗਰ ਚੱਲ ਰਿਹਾ ਅਟੁੱਟ ਜੀ। ਆਪਾਂ ਬਸ ਬਾਬਾ ਜੀ ਮੂਹਰੇ ਅਰਦਾਸ ਕਰਕੇ ਚੱਲਦੇ ਹਾਂ। ਸਵੇਰੇ ਸਵੇਰੇ ਲੰਗਰ ਵੀ ਫੁੱਲ ਚੱਲ ਰਿਹਾ ਜੀ, ਜੇ ਕਿਸੇ ਨੇ ਲੰਗਰ ਛਕਣਾ ਤਾਂ ਲੰਗਰ ਛੱਕ ਕੇ ਵੀ ਜਾ ਸਕਦਾ, ਜਿਹਨੇ ਕਿਸੇ ਨੇ ਭਾਈ ਰਸਤੇ 'ਚ ਪਰੌਂਠੇ ਖਾਣੇ ਆ, ਮੈਗੀਆਂ ਖਾਣੀਆਂ, ਉਹ ਵੀ ਖਾ ਕੇ ਜਾ ਸਕਦੇ। ਆਹ ਵਿਆਹੀ ਉਹਨੇ 28,000 ਰੁਪਇਆ ਮੰਗਿਆ ਬਾਈ ਮੇਰੇ ਤੋਂ, ਅਤੇ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਪੈਦਲ ਜਾਂ ਘੋੜੇ 'ਤੇ ਜਾਈਏ, ਨਹੀਂ ਤਾਂ ਫਿਰ ਬਾਈ ਉਹਨਾਂ ਦਾ ਸਹਾਰਾ ਲਵਾਂਗੇ। ਠੀਕ ਹੈ ਨਾ, ਲੈ ਜਾਏਗਾ? ਲੈ ਜਾਂਗੇ। 28,000 ਰੁਪਇਆ ਕਹਿੰਦੇ ਨੇ ਬਾਈ, ਉੱਪਰ ਦਰਸ਼ਨ ਕਰਾ ਕੇ ਥੱਲੇ ਲਿਆ ਕੇ ਅਤੇ ਆਪਾਂ ਨੂੰ ਗੋਬਿੰਦ ਘਾਟ ਤੱਕ ਛੱਡਣ ਦਾ। ਟੈਕਸੀ ਪਾਰਕਿੰਗ ਤੱਕ? ਹਾਂ, ਟੈਕਸੀ ਪਾਰਕਿੰਗ ਤੱਕ। ਜਿਵੇਂ ਮੰਮੀ ਨੇ ਆਉਣਾ ਤਾਂ ਉਹ 28,000 ਰੁਪਈਏ 'ਚ ਦਰਸ਼ਨ ਕਰਕੇ ਜਾ ਸਕਦੇ ਆ। ਲਓ ਜੀ, ਗੁੱਟ 'ਤੇ ਬੰਨ ਲਈ ਆਪਾਂ ਨੇ ਮੁਸ਼ਕ ਕਪੂਰ ਦੀ ਟਿੱਕੀ, ਜੇ ਲੋੜ ਪਵੇ ਆਕਸੀਜਨ ਘੱਟਦੀ ਹੋਵੇ ਤਾਂ ਬੰਦਾ ਸੁੰਘ ਲੈਂਦਾ ਅਤੇ ਕਹਿੰਦੇ ਠੀਕ ਹੋ ਜਾਂਦਾ। ਸਾਰਿਆਂ ਨੂੰ ਦੇਤੀ ਆਪਾਂ ਬਾਈ, ਜਿਹੜਾ ਵਾਧੂ ਸਮਾਨ ਆ ਤੁਸੀਂ ਉਰੇ ਹੋਟਲਾਂ 'ਚ ਆ ਦੁਕਾਨਾਂ ਵਾਲੇ ਰਖਾ ਲੈਂਦੇ ਆ, 50 ਕੁ ਰੁਪਏ ਬੈਗ ਲੈਂਦੇ ਆ। ਜੇ ਵੀ ਜਿਹੜਾ ਵੀ ਕੋਈ ਸਮਾਨ ਰੱਖਣਾ ਤੁਸੀਂ ਫਾਲਤੂ ਜਿਹੜਾ ਉੱਪਰ ਨਹੀਂ ਲੈ ਕੇ ਜਾਣਾ ਤਾਂ ਉਰੇ ਰੱਖ ਸਕਦੇ। ਸਤਿ ਸ੍ਰੀ ਅਕਾਲ। ਲਓ ਜੀ, 6 ਵੱਜ ਗਏ ਅਤੇ ਅਸੀਂ ਯਾਤਰਾ ਸ਼ੁਰੂ ਕਰਨ ਲੱਗੇ ਹਾਂ। ਨੂਰ ਸਿੰਘ ਬਿਮਾਰ ਸੀਗਾ ਇਸ ਕਰਕੇ ਘੋੜੇ 'ਤੇ ਬਿਠਾ ਤਾ ਨੂਰ ਨੂੰ। ਹੁਣ ਦੇਖਦੇ ਹਾਂ ਕਿਉਂਕਿ ਲੇਟ ਹੋ ਗਏ, ਪਹੁੰਚਿਆ ਵੀ ਨਹੀਂ ਜਾਣਾ 6 ਵੱਜ ਗਏ। ਰਸਤੇ 'ਚ ਬਾਈ ਵਿਊ ਨੇ ਜਿਹੜੇ ਬਹੁਤ ਸੋਹਣੇ ਨੇ, ਸੰਗਤ ਜਿਹੜੀ ਚੱਲੀ ਜਾ ਰਹੀ ਆ। ਰਸਤੇ 'ਚ ਬਾਈ ਸੇਮ ਕੱਲ੍ਹ ਦੀ ਤਰ੍ਹਾਂ ਸਟੇ ਪੁਆਇੰਟ ਬਣੇ ਹੋਏ ਨੇ। ਸਤਿ ਸ੍ਰੀ ਅਕਾਲ। ਕਿਵੇਂ ਰਹੀ ਜੈਸਮੀਨ? ਨੂਰੀ ਕਿਵੇਂ ਆ ਓਏ? ਅੱਛਾ ਠੀਕ ਆ, ਠੀਕ ਆ। ਉੱਪੜ ਜੀ, ਲਓ ਜੀ ਉੱਪੜ ਜੀ ਬਹਿ ਗਏ ਘੋੜਾ ਗਾਡੀ ਦੇ। ਠੀਕ ਆ ਭੂਆ, ਤੇਰੀ ਘੋੜੀ ਦਾ ਨਾਮ ਕੀ ਹੈ? ਕਵਰੀ ਹੈ। ਮੈਨੂੰ ਭੂਆ ਕਹਿੰਦੀ ਕਹਿੰਦੀ ਤੇਰੀ ਘੋੜੀ ਤਾਂ ਮਾਰਚੋ ਜੀ ਹੈ। ਮੈਂ ਕਿਹਾ ਮੈਂ ਵੀ ਤਾਂ ਮਾਰਚੂ ਸੀ। ਅਸੀਂ ਲੇਟ ਵੀ 6:30 ਹੋ ਗਏ ਸੀਗੇ ਅਤੇ ਸਾਡੇ ਤੋਂ ਪਹੁੰਚਿਆ ਵੀ ਨਹੀਂ ਸੀ ਜਾਣਾ, ਤਾਂ ਆਉਂਦੇ ਹੋਏ ਅਸੀਂ ਟਰਾਈ ਕਰਾਂਗੇ ਕਿ ਪੈਦਲ ਆਵਾਂਗੇ। ਜਿਹੜੇ ਹੇਠਲੀ ਚੜ੍ਹਾਈ 'ਚ ਮਤਲਬ ਐਂਡ ਜੇ 'ਤੇ ਆ ਕੇ ਥੱਕ ਗਏ ਸੀ ਤਾਂ ਉਹਨਾਂ ਨੂੰ ਤਾਂ ਮੈਂ ਰਿਕਮੈਂਡ ਕਰੂੰਗਾ ਕਿ ਭਾਈ ਇਹ ਦੂਜੀ ਘੋੜੀ ਲੈ ਲਿਆ ਕਰੋ, ਕਿਉਂਕਿ ਉੱਪਰ ਵਾਲੀ ਇਸ ਤੋਂ ਜ਼ਿਆਦਾ ਟਫ ਚੜ੍ਹਾਈ। 9:45 ਹੋ ਗਏ, ਹੁਣ ਅਸੀਂ ਥੋੜ੍ਹਾ ਜਿਹਾ ਪੈਦਲ ਜਾਵਾਂਗੇ ਅਤੇ ਫਿਰ ਦੇਖਦੇ ਹਾਂ ਇਸ਼ਨਾਨ ਕਰਦੇ ਹਾਂ ਜਾਂ ਕਿਵੇਂ। ਪੂਰੇ ਵੀ ਸਾਰਾ ਖਾਣਾ ਦਾਣਾ ਮਿਲ ਜਾਂਦਾ, ਦਲੀਆ ਵੈਰੀ ਗੁੱਡ, ਦਲੀਆ ਖਿਚੜੀ ਖੀਰ ਸਭ ਕੁਛ ਮਿਲ ਜਾਂਦਾ ਉਰੇ। ਰਮਾਲਾ ਸਾਹਿਬ ਲੈਣਾ ਉਹ ਵੀ ਮਿਲ ਜਾਂਦਾ, ਸੋਟੀ ਲੈਣੀ ਉਹ ਵੀ ਮਿਲ ਜਾਂਦੀ ਹੈ। ਮਾਤਾ ਜੀ ਨੰਗੇ ਪੈਰ ਚੱਲੇ ਆ ਦਰਸ਼ਨ ਕਰਨ, ਚੜ੍ਹਦੀ ਕਲਾ ਮਾਤਾ ਜੀ। ਵਿਊ ਬਹੁਤ ਸੋਹਣਾ ਪਹਾੜੀਆਂ ਦਾ, ਬਹੁਤ ਵਧੀਆ ਵੈਦਰ ਹੈ, ਠੀਕ ਹੈ। ਠੰਡ ਹੈਗੀ, ਤੁਸੀਂ ਹੁੱਡੀ ਹੱਡੀ ਵਗੈਰਾ ਪਾ ਸਕਦੇ ਹੋ। ਨਵੰਬਰ ਮਹੀਨੇ 'ਚ ਕੱਪੜੇ ਪਾਉਣੇ ਆ, ਉੱਦਾਂ ਦੇ ਕੱਪੜੇ ਇੱਥੇ ਚੱਲ ਜਾਣਗੇ। ਇੱਦਾਂ ਲੈ ਕੇ ਆਉਂਦੇ ਆ ਜੀ ਜਿਹੜੇ 4-4 ਬੰਦੇ, ਇਹ ਵੀ ਸੇਵਾ ਇਹਨਾਂ ਦੀ ਧੰਨ ਹੈ, ਭਾਵੇਂ ਪੈਸੇ ਲੈਂਦੇ ਆ ਯਾਰ ਦਰਸ਼ਨ ਕਰਾ ਦਿੰਦੇ ਆ। ਵਾਹਿਗੁਰੂ। ਆ ਬਰਫ਼ ਹੈ ਜਿਹੜੀ ਪਿਘਲ ਕੇ ਬਈ ਪਾਣੀ ਆ ਰਿਹਾ, ਸਾਹਮਣੇ ਦਿਖ ਰਿਹਾ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ ਅਤੇ ਆਪਾਂ ਸ਼ਾਇਦ 9 ਅਰਦਾਸ ਚਾਹਵਨ ਹੋ ਜਾਈਏ ਬਾਬਾ ਜੀ ਦੀ ਕਿਰਪਾ ਨਾਲ। ਬਹੁਤ ਵਧੀਆ ਵਿਊ ਹੈ ਇਹ, ਠੀਕ ਹੈ, ਵਧੀਆ ਇੱਧਰ ਸਕਿਰਤ ਜਾ ਰਹੀ ਆ ਹੌਲੀ ਹੌਲੀ, ਇੱਧਰ ਸੰਗਤਾਂ ਆਰਾਮ ਕਰ ਰਹੀਆਂ। ਦੇਖੋ 5-6 ਵਜੇ ਚੱਲ ਕੇ ਵੀ ਹਿੰਮਤੀ ਸੰਗਤਾਂ ਨੇ ਜਿਹੜੀਆਂ ਉਹ 9 ਵਜੇ ਨੂੰ ਪਹੁੰਚ ਜਾਂਦੀਆਂ। ਉਹ ਸਾਹਮਣੇ ਥੱਲੇ ਆਉਂਦਾ ਜੀ ਰਸਤਾ, ਬਹੁਤ ਸੰਗਤ ਜਿਹੜੀ ਆ ਰਹੀ ਹੈ ਅਜੇ ਵੀ ਅਤੇ ਉੱਪਰੋਂ ਵਾਪਸ ਵੀ ਆ ਰਹੇ ਆ ਕਈ ਘੋੜੇ ਵਾਲੇ ਅਤੇ ਕਈ ਸੰਗਤਾਂ
ਜਿਹੜੀਆਂ 4 ਵਜੇ 3:30 ਵਜੇ ਚੱਲੀਆਂ ਸੀ ਉਹ ਪਹੁੰਚਣ ਵਾਲੀਆਂ। ਆਹ ਫੁੱਲ ਦੇਖੋ ਕਿੰਨੇ ਸੋਹਣੇ ਖਿੰਡੇ ਆ ਜੀ, ਬਹੁਤ ਸੋਹਣੇ ਲੱਗ ਰਹੇ ਆ। ਤੇ ਉਹ ਸਾਹਮਣੇ ਪੌੜੀਆਂ ਦਾ ਰਸਤਾ ਜੀ, ਉੱਧਰ ਵੀ ਸੰਗਤ ਆ ਰਹੀ ਆ। ਜਦੋਂ ਸੰਗਤ ਆਉਂਦੀ ਆ ਇੱਧਰੋਂ ਪੌੜੀਆਂ ਵਾਲੇ ਰਸਤਿਓਂ ਤਾਂ ਜੈਕਾਰੇ ਲਾਉਂਦੀ ਆਉਂਦੀ ਆ। ਇੱਧਰ ਹੈਗਾ ਜੀ ਲੰਗਰ ਹਾਲ, ਸਾਹਮਣੇ ਹੈਗਾ ਜੀ ਦਰਬਾਰ ਸਾਹਿਬ, ਅਤੇ ਬੜਾ ਮੌਸਮ ਵਧੀਆ, ਸਾਰੀਆਂ ਚੋਟੀਆਂ ਦਿਖ ਰਹੀਆਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ। ਵਾਹਿਗੁਰੂ, ਬਹੁਤ ਸੋਹਣੇ ਦਰਸ਼ਨ ਨਜ਼ਾਰੇ ਹੋ ਰਹੇ ਆ। ਨਹੀਂ ਨਹੀਂ ਕੁਛ ਨਹੀਂ ਹੋਇਆ ਤੈਨੂੰ, ਲੱਡੂ ਇਸ਼ਨਾਨ ਕਰੀ ਆ ਜਾ। ਆ ਡਿਸਪੈਂਸਰੀ ਆ ਜੀ, ਉਰੇ ਮੈਡੀਕਲ ਹਾਲ, ਜੋੜਾ ਘਰ ਵੀ ਇੱਧਰ ਹੀ ਹੈ। ਫਰੀ ਤਾਂ ਚੱਲੇ ਆ ਗੋਤੇ ਮਾਰਨ ਸੱਚੇ ਪਾਤਸ਼ਾਹ ਦੀ ਕਿਰਪਾ। ਚਲੋ ਫੜੀ ਇੱਕ ਦੋ, ਹਾਂਜੀ ਓਕੇ। ਜਦੋਂ ਬੰਦਾ ਖੜ ਜਾਂਦਾ ਇਹ ਤਾਂ ਹਿੰਮਤ ਜੀ, ਕੱਤੇ ਜੇ ਕਹੋ ਮਾਰੇ ਵਾ ਸਾਲ ਜੀ, ਕੱਪੜੇ ਕੱਢ ਕੇ ਜਾਵੇ। ਖਿਚੜੀ ਦਾ ਲੰਗਰ ਸੰਗਤ ਸਕਦੀਆਂ ਪਈਆਂ ਜੀ, ਚਾਹ ਖਿਚੜੀ ਵਧੀਆ ਜੀ ਪੂਰਾ। ਵਾਹਿਗੁਰੂ ਜੀ, ਚਾਹ ਦਾ ਲੰਗਰ ਵਰਤਾ ਰਹੇ, ਬਹੁਤ ਧੰਨਵਾਦ ਜੀ। ਤੇ ਆਹ ਹੀਟਰ ਲੱਗਿਆ ਗਰਮ ਕਰਨ ਲਈ ਚਾਹ, ਕਿਹੜੀ ਕਿਹੜੀ ਜਗ੍ਹਾ ਤੋਂ ਬਾਬਾ ਜੀ? ਤਰਨ ਤਾਰਨ ਸਾਹਿਬ ਤੋਂ ਬਾਬਾ ਜੀ ਆ ਕੇ ਸੇਵਾ ਕਰ ਰਿਹਾ। ਇੱਧਰ ਖਿਚੜੀ ਦਾ ਲੰਗਰ ਆ ਤੁੱਟ ਵਰਤ ਰਿਹਾ ਜੀ ਗਰਮ ਗਰਮ, ਤੇ ਇੱਧਰ ਸੰਗਤਾਂ ਸਕ ਰਹੀਆਂ। ਨੌ ਵਾਲੀ ਅਰਦਾਸ ਚ ਪਹੁੰਚ ਗਏ ਜੀ ਆਪਾਂ। ਸਾਹਮਣੇ ਹੈਗਾ ਜੀ ਲੋਕਪਾਲ ਲਕਸ਼ਮਣ ਮੰਦਿਰ, ਇੱਧਰ ਵੀ ਸੰਗਤਾਂ ਜਾਂਦੀਆਂ ਮੱਥਾ ਟੇਕਣ ਦਰਸ਼ਨ ਕਰਨ। ਆ ਪਾਣੀ ਜਿਹੜਾ ਅਸੈਸ ਹੈ ਉਹ ਥੱਲੇ ਜਾਈ ਜਾਂਦਾ ਜੀ ਨਦੀ 'ਚ, ਅਤੇ ਆਹ ਸਰੋਵਰ ਹੈਗਾ ਜੀ। ਠੀਕ ਠਾਕ ਆਏ? ਹਾਂਜੀ ਹਾਂ ਵਧੀਆ ਜੀ ਮੇਰਾ। ਅੱਛਾ ਚਲੋ, ਕੀ ਨਾਂ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਅਮਰਜੀਤ ਸਿੰਘ, ਪੈਦਲ ਆਏ ਹੋਵੋਗੇ ਤੁਸੀਂ? ਮੈਂ ਤੁਹਾਡਾ ਬੜਾ ਫੈਨ ਹੈ ਜੀ, ਤੁਹਾਡੀ ਗੱਲਾਂ ਬਹੁਤ ਮੈਂ ਨੋਟ ਕਰਦਾ। ਅੱਛਾ ਹਾਂ, ਜ਼ਿੰਦਗੀ 'ਚ ਮੈਂ ਐਕਸਪਲੋਰ ਕਰਦਾ ਫਿਰ ਵੀ, ਹਾਂ ਦੇਖਦਾ ਇਹ ਹੋਊਗਾ ਅੱਗੇ ਕਿ ਇਹ ਵਧੀਆ ਗੱਲ ਹੈ ਕਿ ਨਾ। ਮੈਂ ਯਾਰ ਤੁਹਾਡੀ ਪੁਆਧੀ ਸਾਨੂੰ ਬੜੀ ਵਧੀਆ ਲੱਗਦੀ ਆ, ਪੁਆਧੀ ਬੋਲ ਕੇ ਦਿਖਾਇਓ ਥੋੜ੍ਹੀ। ਪੁਆਧਾ ਜੀ ਹੈ ਹੀ ਆ, ਫਿਰ ਤੁਹਾਨੂੰ ਪਤਾ ਹਮ ਚੱਕਦੇ ਫਿਰ ਹਮ ਪਿੱਛਾ ਦੱਬਦੇ ਨਹੀਂ। ਤਾਂ ਵਧੀਆ ਬੰਦਾ ਬਾਈ। ਯਾਤਰਾ ਸ਼ੁਰੂ ਹੁੰਦੀ ਹੈ, ਮੈਂ ਨਾ 3 ਸਾਲਾਂ ਤੋਂ ਪਲਾਨ ਕਰ ਰਿਹਾ ਸੀਗਾ, ਤੁਹਾਡੀਆਂ ਵੀਡੀਓ ਦੇਖ ਕੇ ਮੈਂ ਮੋਟੀਵੇਟ ਹੋਇਆ। ਪਰ ਉੱਪਰ ਤਾਂ ਮੈਂ ਘੋੜੇ ਦੀ ਆਇਆ, ਪਰ ਨੀਚੇ ਵਾਲੀ ਚੜ੍ਹਾਈ ਜਿਹੜੀ ਮੈਂ ਸਾਰੀ ਕਰਕੇ ਉਹ ਜਿਤਨਾ ਜਾਊਂਗਾ ਪੈਦਲ, ਜਿਤਨਾ ਪਰਮਾਤਮਾ ਆਪਕੋ ਆਪਣੇ ਸਰੀਰ ਸੇ ਲਾ ਰਹਾ ਹੈ ਹੈ ਨਾ, ਜ਼ਬਰਦਸਤੀ ਯਹਾਂ ਕਰਨਾ ਇਸ ਲਈ ਅੱਛਾ ਨਹੀਂ ਹੈ ਕਿਉਂਕਿ ਤਬੀਅਤ ਖਰਾਬ ਹੋ ਜਾਏ। ਬਟ ਬਾਕੀ ਬਾਬਾ ਜੀ ਬੁਲਾਤਾ ਹੈ ਤੋ ਹਰ ਕੋਈ ਪਹੁੰਚ ਪਾਤਾ ਹੈ, ਜਿਨਕੋ ਨਹੀਂ ਬੁਲਾਵਾ ਰਹਤਾ ਵੋ ਨਹੀਂ ਪਹੁੰਚ ਪਾਤਾ ਹੈ। ਤੋ ਇਸ ਪਵਿੱਤਰ ਭੂਮੀ ਪੇ ਇਸ ਪਵਿੱਤਰ ਨਾਮ ਤੁਹਾਡਾ ਨਾ ਬਹੁਤ ਵੱਡਾ ਯੋਗਦਾਨ ਹੈ ਸਪੈਸ਼ਲੀ ਪੰਜਾਬ ਲਈ, ਤੁਸੀਂ ਸਾਨੂੰ ਹਰ ਰੋਜ਼ ਇੰਨੀ ਇਨਫੋਰਮੇਸ਼ਨ ਦੇ ਰਹੇ ਹੋ, ਤਾਂ ਮੈਂ 2-3 ਸਾਲਾਂ ਵਿੱਚ ਤੁਹਾਨੂੰ ਦੇਖ ਰਿਹਾ, ਬਹੁਤ ਵਧੀਆ ਇਨਫੋਰਮੇਸ਼ਨ। ਉਹ ਤਾਂ ਗੁਰੂ ਜੀ ਕੀ ਕਿਰਪਾ ਹੈ, ਦੇਖੋ ਯਹਾਂ ਪੇ ਐਸੀ ਕਿਸਮਤ ਮਿਲੀ ਕਿ ਸੇਵਾ ਵੀ ਹੋ ਰਹੀ ਹੈ, ਕਾਮ ਵੀ ਹੋ ਰਿਹਾ, ਦੇਖ ਰੇਖ ਵੀ ਹੋਤੀ ਹੈ ਮੰਦਿਰ ਔਰ ਗੁਰਦੁਆਰਾ ਸਾਹਿਬ, ਬਹੁਤ ਅੱਛਾ ਲੱਗਤਾ ਹੈ ਕਿ ਸਾਰੀ ਸੰਗਤ ਆਤੀ ਹੈ। ਇੱਕ ਹਿੰਦੂ ਭਾਈ ਸਿੱਖ ਗੁਰਦੁਆਰਾ ਸਾਹਿਬ ਦੀ ਜਿਹੜੀ ਬਲੌਗਿੰਗ ਕਰਦਾ ਉਹ ਬਹੁਤ ਵੱਡੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ। ਤੋ ਦਾਦਾ ਜੀ ਨੇ ਸੇਵਾ ਕਰੀ ਸੀ ਸਭ ਤੋਂ ਪਹਿਲੇ ਸ੍ਰੀ ਹੇਮਕੁੰਟ ਸਾਹਿਬ, ਬਿਲਕੁਲ ਇਹਨਾਂ ਦੇ ਦਾਦਾ ਜੀ ਸੀਗੇ ਸੇਵਾ ਕਰ ਰਹੇ ਥੇ ਉਹ।
तो बहुत सेवा थी, तो उन्हीं का मतलब एक आचरण होता है, उन्हीं का व्यवहार होता है, बहुत अच्छी है। जो गुरु जी की सेवा करते हैं साथ साथ आप, तो बहुत अच्छा लगता है, बहुत मन खुश होता है। बाकी आपको अगर अपडेट चाहिए तो मेरा यूट्यूब चैनल है उत्तराखंड वाला एक्सप्लोरर, आपको हर दिन की अपडेट मैं कोशिश करता हूँ उस यात्रा के रिगार्डिंग देते रहूँ, ताकि आपको कोई परेशानी ना हो संगत को और यात्रा अच्छी हो। 12 बज गए ਤੇ ਹੁਣ ਅਸੀਂ ਨੀਚੇ ਚੱਲੇ ਆ ਮੱਥਾ ਟੇਕ ਕੇ ਦਰਸ਼ਨ ਮੇਲੇ ਕਰਕੇ ਸਾਰੇ ਆਉਂਦੇ ਹੋਏ ਅਸੀਂ ਡਿਸੀਜਨ ਆ ਜਿਹੜਾ ਲੈ ਲਿਆ ਵੀ ਪੈਦਲ ਜਾਵਾਂਗੇ। ਉਹ ਭੂਆ ਜੀ ਚੱਲੇ, ਫੁੱਫੜ ਜੀ ਦੇ ਨੂਰ ਨੂੰ ਕਾਂਡੀ ਕਰਾ ਦਿੱਤੀ, ਕਿਉਂਕਿ ਤਬੀਅਤ ਖਰਾਬ ਸੀਗੀ। ਉਤਰਨ ਬੜੇ ਕੋਈ ਸੌਖਾ ਹੀ ਆ, ਕੋਈ ਔਖਾ ਨਹੀਂ ਹੈਗਾ, ਬਹੁਤ ਆ ਸਕਦੇ ਹੋ ਜਾਣ ਵੇਲੇ ਜੇ ਤੁਹਾਨੂੰ ਲੱਗਦਾ ਕਿ ਘੋੜਾ ਲੈ ਸਕਦੇ ਹੋ ਨਾ।